ਤੁਸੀਂ ਦੇਖ ਸਕਦੇ ਹੋ ਕਿ ਹੱਥ ਨਾਲ ਕਮਾਲ ਦੀ ਜਿਹੜੀ ਕਲਾਕਾਰੀ ਕਰਨ ਵਾਲਾ ਇਹ ਉਹ ਫਨਕਾਰ ਜਿਹੜਾ ਆਪ ਇਸ ਧਾਗੇ ਦੇ ਵਿੱਚ ਦੀ ਪਰਮਾਤਮਾ ਨੂੰ ਦੇਖਦਾ ਅਤੇ ਪਰਮਾਤਮਾ ਦੀ ਉਸ ਖੂਬਸੂਰਤੀ ਨੂੰ ਇਸ ਢੰਗ ਨਾਲ ਬਿਆਨ ਕਰਦਾ ਕਿ ਦੇਖਣ ਵਾਲਾ ਹੈਰਾਨ ਹੋ ਜਾਂਦਾ। ਕੁਦਰਤ ਦੇ ਬਹੁਤ ਨੇੜੇ ਆ ਬਾਈ, ਬਹੁਤ ਜੀ ਬਹੁਤ। ਕੁਦਰਤ ਦੇ ਨਾਲ ਤਾਂ 24 ਘੰਟੇ ਦਿਨ ਰਾਤ ਸਵੇਰੇ ਸ਼ਾਮ ਉਹ ਨਾਲ ਰਹਿੰਦਾ, ਤਾਂ ਹੀ ਤਾਂ ਕੰਮ ਕਰਦਾ। ਕਿਸੇ ਨੂੰ ਪਤਾ ਹੀ ਨਹੀਂ ਹੁੰਦਾ, ਅੱਜ ਵੀ ਕਈ ਬੰਦਿਆਂ ਨੂੰ ਨਹੀਂ ਪਤਾ ਕਿ ਮੈਂ ਕਿੱਥੇ ਬੈਠਾ ਪਿਆ। ਮੇਰੇ ਪਾਪਾ ਦੀ ਪੁਰਾਣੀ ਦੁਕਾਨ ਹੈ, ਮੈਂ ਉਸੀ ਦੁਕਾਨ 'ਤੇ ਬੈਠਾ ਕਿਉਂਕਿ 70 ਸਾਲ ਉਹਨਾਂ ਨੇ ਲਾਏ ਆ, ਮੇਰੇ ਇਸ ਦੁਕਾਨ ਨੂੰ 80-90 ਸਾਲ ਹੋ ਗਏ। ਮਾਨ ਸਾਹਿਬ ਤੋਂ ਲੈ ਕੇ ਗੁਰਦਾਸ ਮਾਨ ਜੀ ਹੋਣ, ਸੁਰਜੀਤ ਖਾਨ, ਮਹਿੰਦਰ ਮੰਗਾ, ਹਰਜੀਤ ਹਰਮਨ, ਜੀਤਾ ਜੈਲਦਾਰ, ਕੋਈ ਵੀ ਹੋਵੇ, ਚਾਹੇ ਉਹ ਦਲੇਰ ਮਹਿੰਦੀ ਸਾਹਿਬ ਤੱਕ ਹੋਣ, ਸਭ ਉਸ ਦੁਕਾਨ ਦੇ ਉੱਪਰ ਆਏ। ਪੈਸਾ ਹੈਗਾ ਸੀ ਜੀ ਡਰੈਸ ਦੇ, ਮੈਂ ਜਿੰਨੇ ਪੈਸੇ ਮੈਂ ਲੈਂਦਾ ਸੀ ਇੰਨਾ ਕੋਈ ਵੀ ਲੈਂਦਾ ਸੀ ਜੀ ਪੰਜਾਬ ਦੇ ਅੰਦਰ, ਜਿੰਨਾ ਡਰੈਸ ਦਾ ਪੈਸਾ ਮੈਂ ਲੈਂਦਾ ਸੀ। ਲੋਕ ਭਰਦੇ ਸੀ ਪੈਸੇ? ਹਾਂ ਦਿੰਦੇ ਸੀ ਜੀ, ਕਿਉਂਕਿ ਉਹਨਾਂ ਨੂੰ ਕੰਮ ਮਿਲਦਾ ਸੀ। ਅੱਜ ਤੱਕ ਮੈਨੇ ਕੋਈ ਐਸਾ ਕੰਮ ਤਾਂ ਕਰਿਆ ਨਹੀਂ ਕਿ ਕੋਈ ਚੀਜ਼ ਘਟੀਆ ਲਗਾ ਦਾਂ ਕਿ ਮੈਨੂੰ ਪੈਸੇ ਘੱਟ ਮਿਲ ਰਹੇ ਆ, ਨਾ ਜੀ ਨਾ। ਕੰਮ ਉਹੀ ਕਰਨਾ ਜੋ ਕਰਦੇ ਆ ਰਹੇ ਹਾਂ, ਚਾਹੇ ਪੈਸੇ ਘੱਟ ਮਿਲਣ, ਚਾਹੇ ਵੱਧ ਮਿਲਣ, ਚਾਹੇ ਨਾ ਮਿਲਣ। ਬਿਲਕੁਲ ਮਾੜੇ ਕਰਜ਼ੇ 'ਤੇ ਚੜ੍ਹ ਗਏ, 4-5 ਲੱਖ ਰੁਪਇਆ ਕਰਜ਼ਾ ਚੜ੍ਹ ਗਿਆ। ਕਦੀ ਕਿਸੇ ਤੋਂ ਫੜ, ਕਦੀ ਕਿਸੇ ਤੋਂ ਫੜ, ਕਦੀ ਕਿਸੇ ਤੋਂ ਫੜ। ਫੋਟੋਆਂ ਕਰਨੀ ਦਾ ਧਿਆਨ ਨਹੀਂ ਸੀ, 3-4 ਬਣਾ ਕੇ ਵੈਸੇ ਸ਼ੌਂਕ 'ਚ ਰੱਖ ਦਿੰਦਾ ਹੁੰਦਾ ਸੀ ਬਣਾ ਕੇ, ਸ਼ੌਂਕ ਸੀ ਕਿਉਂਕਿ ਸਕੂਲ ਟਾਈਮ ਮੈਂ ਸਕੈਚਰ ਸੀ ਅਤੇ ਜਦ ਮੈਨੂੰ ਅੱਜ ਤੋਂ 20 ਸਾਲ ਪਹਿਲਾਂ ਖਾਬ ਆਇਆ ਤਾਂ ਮੈਂ ਫਿਰ ਉਸਨੂੰ 2-4 ਬਣਾ ਕੇ ਮੈਨੇ ਸ਼ੌਂਕ 'ਤੇ ਲਗਾ ਦਿਆ। ਹਾਂਜੀ, ਮੈਨੂੰ ਗੁਰੂ ਨਾਨਕ ਦੇਵ ਜੀ ਦਾ ਖਾਬ ਆਇਆ ਸੀ ਕਿ ਮੈਂ ਗੁਰੂ ਨਾਨਕ ਦੇਵ ਜੀ ਦਾ ਸਰੂਪ ਬਣਾ ਰਿਹਾ। ਦੁਪਹਿਰ ਦਾ ਟਾਈਮ ਸੀ, ਲਾਈਟ ਗਈ ਹੋਈ ਸੀ ਅਤੇ ਮੈਂ ਸੁੱਤੇ ਸੁੱਤੇ ਦੇਖਿਆ ਕੈਲੰਡਰ ਹਿੱਲ ਰਿਹਾ ਨੀਂਦ ਦੇ ਵਿੱਚ, ਨਾ ਮੈਂ ਦੀਵਾਰ 'ਚ ਦੇਖ ਰਿਹਾ ਸੀ ਕੈਲੰਡਰ ਹਿੱਲ ਰਿਹਾ ਸੀ ਗੁਰੂ ਨਾਨਕ ਦੇਵ ਜੀ ਦਾ, ਅਤੇ ਮੈਨੂੰ ਅੱਖ ਲੱਗ ਗਈ ਮੇਰੀ, ਨੀਂਦ ਦੇ ਵਿੱਚ ਮੈਂ ਗੁਰੂ ਨਾਨਕ ਦੇਵ ਜੀ ਦਾ ਸਰੂਪ ਬਣਾ ਰਿਹਾ ਸੀ ਕਢਾਈ। ਮੈਨੇ ਕ੍ਰਿਸ਼ਨ ਜੀ ਦੀ ਛੇੜ ਲਈ, ਉਹ ਕ੍ਰਿਸ਼ਨ ਜੀ ਦੀ ਬਣਾਉਂਦੇ ਬਣਾਉਂਦੇ ਕ੍ਰਿਸ਼ਨ ਜੀ ਨੂੰ ਸਾਲ ਲੱਗ ਗਿਆ, ਅਤੇ ਜਿਹੜੀ ਕ੍ਰਿਸ਼ਨ ਫਿਰ ਮੈਨੂੰ ਕਿਸੇ ਨੇ ਕਿਹਾ ਇਹਦੀ ਬੈਕਗਰਾਊਂਡ ਵੀ ਬਣਾ ਲਾ, ਫਿਰ ਬੈਕਗਰਾਊਂਡ ਬਣਾਉਣ ਲੱਗ ਗਿਆ, 2 ਸਾਲ ਬੈਕਗਰਾਊਂਡ ਨੂੰ ਲੱਗੇ, ਹਟਿਆ ਨਹੀਂ। ਪੈਸੇ ਲਏ ਵਿਆਜ 'ਤੇ, ਪੈਸੇ ਫੜੇ, ਕਰਜ਼ਾ ਲਿਆ, ਘੱਟੋ ਘੱਟ 1.5 ਲੱਖ ਤੋਂ ਉੱਪਰ ਖਰਚਾ ਹੋਇਆ ਪਿਆ ਇਹਦੇ ਉੱਪਰ। ਉਹ ਟਾਈਮ ਕਿੰਨਾ ਲੱਗਿਆ? 3 ਸਾਲ। ਕੀ ਤੁਸੀਂ ਦੇਖ ਸਕਦੇ ਹੋ ਕਿ ਹੱਥ ਨਾਲ ਕਮਾਲ ਦੀ ਜਿਹੜੀ ਕਲਾਕਾਰੀ ਕਰਨ ਵਾਲਾ ਇਹ ਉਹ ਫਨਕਾਰ ਜਿਹੜਾ ਆਪ ਇਸ ਧਾਗੇ ਦੇ ਵਿੱਚ ਦੀ ਪਰਮਾਤਮਾ ਨੂੰ ਦੇਖਦਾ ਅਤੇ ਪਰਮਾਤਮਾ ਦੀ ਉਸ ਖੂਬਸੂਰਤੀ ਨੂੰ ਇਸ ਢੰਗ ਨਾਲ ਬਿਆਨ ਕਰਦਾ ਕਿ ਦੇਖਣ ਵਾਲਾ ਹੈਰਾਨ ਹੋ ਜਾਂਦਾ। ਕਮਾਲ ਆ, ਕੁਦਰਤ ਦੇ ਬਹੁਤ ਨੇੜੇ ਆ ਬਾਈ, ਬਹੁਤ ਜੀ ਬਹੁਤ। ਕੁਦਰਤ ਦੇ ਨਾਲ ਤਾਂ 24 ਘੰਟੇ ਦਿਨ ਰਾਤ ਸਵੇਰੇ ਸ਼ਾਮ ਉਹ ਨਾਲ ਰਹਿੰਦਾ, ਤਾਂ ਹੀ ਤਾਂ ਕੰਮ ਬਣਦਾ ਜੀ। ਨਹੀਂ ਤਾਂ ਮੈਂ ਅਗਰ ਕਹਾਂ ਤਾਂ ਮੈਂ ਬਣਦਾ ਨਾ ਜੀ ਨਾ। ਕਦੋਂ ਸ਼ੁਰੂ ਕੀਤਾ ਸੀ ਅਰੁਣ ਬਾਈ ਕੰਮ? ਮੈਨੂੰ ਜੀ, ਮੈਂ ਬਚਪਨ ਤੋਂ ਹੀ ਲੱਗਿਆ ਹੋਇਆ ਜੀ, 10 ਸਾਲ ਦੀ ਉਮਰ 'ਚ ਹੀ ਮੈਂ ਸ਼ੌਪ 'ਤੇ ਆ ਰਿਹਾ ਸੀ ਜੀ ਛੋਟੇ ਹੁੰਦੇ, ਕਿਉਂਕਿ ਮਿਡਲ ਕਲਾਸ ਫੈਮਿਲੀ ਦੇ ਹੈਗੇ ਹਾਂ। ਮੇਰੇ ਪਾਪਾ ਸਟਿਚਿੰਗ ਦਾ ਕੰਮ ਕਰਦੇ ਸੀ ਅਤੇ ਸਾਡੀ ਦੁਕਾਨ ਹੈਗੀ ਹੈ ਚੁਬਾਰੇ ਦੇ ਉੱਪਰ, ਨੀਚੇ ਕਸਟਮਰ ਇੰਨਾ ਨਹੀਂ ਜਾਂਦਾ ਅਤੇ ਚੁਬਾਰਿਆਂ ਦੇ ਕਿੱਥੇ ਕਸਟਮਰ ਆਉਂਦੇ ਆ ਕੋਟਿਆਂ ਦੇ ਉੱਪਰ, ਕਿਉਂਕਿ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ, ਅੱਜ ਵੀ ਕਈ ਬੰਦਿਆਂ ਨੂੰ ਨਹੀਂ ਪਤਾ ਕਿ ਮੈਂ ਕਿੱਥੇ ਬੈਠਾ ਪਿਆ। ਮੇਰੇ ਪਾਪਾ ਦੀ ਪੁਰਾਣੀ ਦੁਕਾਨ ਹੈ, ਮੈਂ ਉਸੀ ਦੁਕਾਨ 'ਤੇ ਬੈਠਾ ਕਿਉਂਕਿ 70 ਸਾਲ ਉਹਨਾਂ ਲਾਏ ਆ, ਮੇਰੇ ਇਸ ਦੁਕਾਨ ਨੂੰ 80-90 ਸਾਲ ਹੋ ਗਏ ਉਹਨੇ। ਕਲਾਕਾਰਾਂ ਨਾਲ ਬਹੁਤ ਤਸਵੀਰਾਂ? ਹਾਂਜੀ ਹਾਂਜੀ, ਕਲਾਕਾਰਾਂ ਨਾਲ ਇੱਦਾਂ ਜੀ, ਮੈਂ ਇੰਨਾ ਡਰੈਸਾਂ ਬਣਾਉਂਦਾ ਰਿਹਾ ਜੀ, ਸਾਰੇ ਸਿੰਗਰ ਇਸ ਦੁਕਾਨ ਦੇ ਉੱਪਰ ਆਏ ਹਾਂ ਜੀ। ਹਾਂ, ਮਾਨ ਸਾਹਿਬ ਤੋਂ ਲੈ ਕੇ ਗੁਰਦਾਸ ਮਾਨ ਜੀ ਹੋਣ, ਸੁਰਜੀਤ ਖਾਨ, ਮਹਿੰਦਰ ਮੰਗਾ, ਹਰਜੀਤ ਹਰਮਨ, ਜੀਤਾ ਜੈਲਦਾਰ, ਕੋਈ ਵੀ ਹੋਵੇ, ਚਾਹੇ ਉਹ ਦਲੇਰ ਮਹਿੰਦੀ ਸਾਹਿਬ ਤੱਕ ਹੋਣ, ਸਭ ਉਸ ਦੁਕਾਨ ਦੇ ਉੱਪਰ ਆਏ ਹਾਂ। ਕਹਿੰਦੇ ਰਾਜਵੀਰ ਜਵੰਦਾ ਬਹੁਤ ਮਰੀਦਾ? ਹਾਂ, ਜਵੰਦੇ ਨਾਲ ਮੇਰਾ ਬੜਾ ਪਿਆਰ ਹੈ ਜੀ, ਕਿਉਂਕਿ ਜਵੰਦੇ ਦੀ ਮੈਂ ਡਰੈਸਾਂ ਬਣਾਈਆਂ ਜੀ ਕਾਫੀ, ਹੁਣ ਤਾਂ ਮੈਂ ਪਿਛਲੇ ਸਾਲ ਵੀ ਬਣਾਈਆਂ ਸੀ ਜਵੰਦੇ ਦੀਆਂ ਡਰੈਸਾਂ, ਜਿਹੜਾ ਹੁਣ ਜਵੰਦਾ ਜੀ ਲਾਈਵ ਕਰਦੇ ਆ, ਤੁਹਾਡੀਆਂ ਬਣੀਆਂ? ਹਾਂਜੀ, ਡਰੈਸਾਂ ਬਣਾਈਆਂ ਹੋਈਆਂ ਜੀ। ਫਿਰ ਡਰੈਸਾਂ ਤੋਂ ਬਾਅਦ
ਕੰਟੀਨਿਊ ਕਿਉਂ ਨਹੀਂ ਕੀਤਾ ਡਰੈਸਾਂ ਵਾਲੇ ਮਾਮਲੇ 'ਚ ਕਿ ਪ੍ਰੋਗਰਾਮਾਂ ਦੇ ਤੁਹਾਨੂੰ ਲੱਗਦਾ ਵੀ ਕਿਤੇ? ਦੇਖੋ ਜੀ, ਇੱਦਾਂ ਸੀ, ਪਹਿਲਾਂ ਮੈਂ ਡਰੈਸਾਂ ਦਾ ਕੰਮ ਕਰਦਾ ਸੀ, ਅਚਕਨ ਸ਼ੇਰਵਾਨੀ ਬਣਾਉਂਦਾ ਸੀ ਜੀ। ਜਿਸ ਟਾਈਮ ਜਿਸ ਚੀਜ਼ ਦਾ ਕੰਮ ਚੱਲੀ ਗਿਆ ਉੱਥੇ ਮਨ ਲੱਗੀ ਗਿਆ, ਬਣਾਈ ਗਿਆ, ਉਹ ਕੰਮ ਕੁਦਰਤੀ ਆਪਣੇ ਆਪ ਹੀ ਘਟਦਾ ਚਲਾ ਗਿਆ, ਆਪਣੇ ਆਪ ਹੀ ਖਤਮ ਹੁੰਦਾ ਚਲਾ ਗਿਆ। ਪੈਸਾ ਸੀ ਉਸ ਕੰਮ 'ਚ? ਪੈਸਾ ਹੈਗਾ ਸੀ ਜੀ, ਡਰੈਸ ਦੇ ਮੈਂ ਜਿੰਨੇ ਪੈਸੇ ਮੈਂ ਲੈਂਦਾ ਸੀ ਇੰਨਾ ਕੋਈ ਵੀ ਨਹੀਂ ਲੈਂਦਾ ਸੀ ਜੀ ਪੰਜਾਬ ਦੇ ਅੰਦਰ, ਜਿੰਨਾ ਡਰੈਸ ਦਾ ਪੈਸਾ ਮੈਂ ਲੈਂਦਾ ਸੀ। ਤੇ ਲੋਕ ਭਰਦੇ ਸੀ ਪੈਸੇ? ਹਾਂ, ਦਿੰਦੇ ਸੀ ਜੀ, ਕਿਉਂਕਿ ਉਹਨਾਂ ਨੂੰ ਕੰਮ ਮਿਲਦਾ ਸੀ। ਮੈਂ ਮਟੀਰੀਅਲ ਅੱਛਾ ਲਗਾਉਂਦਾ ਸੀ, ਕਿਉਂਕਿ ਇੱਕ ਡਰੈਸ ਨੂੰ 15-15, 20-20 ਸਾਲ ਖਰਾਬ ਨਹੀਂ ਹੋਣੀ, ਜਦ ਤੱਕ ਖੁੱਗੀ ਲੱਗ ਕੇ ਫਟੇ ਨਾ ਤਦ ਤੱਕ ਉਸਨੂੰ ਕੁਛ ਨਹੀਂ ਹੋਣਾ, ਤੇ ਮੈਂ ਉਹਦੇ 'ਚ ਜਾਨ ਪਾ ਕੇ ਦਿੰਦਾ ਹੁੰਦਾ ਸੀ, ਉਸੇ ਹਿਸਾਬ ਸਿਰ ਮੈਂ ਪੈਸੇ ਲੈਂਦਾ ਹੁੰਦਾ ਸੀ। ਅੱਜ ਤੱਕ ਮੈਨੇ ਕੋਈ ਐਸਾ ਕੰਮ ਤਾਂ ਕਰਿਆ ਹੀ ਨਹੀਂ ਕਿ ਕੋਈ ਚੀਜ਼ ਘਟੀਆ ਲਗਾ ਦਾਂ ਕਿ ਮੈਨੂੰ ਪੈਸੇ ਘੱਟ ਮਿਲ ਰਹੇ ਆ, ਨਾ ਜੀ, ਨਾ, ਕੰਮ ਉਹੀ ਕਰਨਾ ਜੋ ਕਰਦੇ ਆ ਰਹੇ ਹਾਂ, ਚਾਹੇ ਪੈਸੇ ਘੱਟ ਮਿਲਣ, ਚਾਹੇ ਵੱਧ ਮਿਲਣ, ਚਾਹੇ ਨਾ ਮਿਲਣ, ਪਰ ਕੰਮ ਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ। ਫਿਰ ਜਦੋਂ ਅਖਾੜੇ ਖੁੜੇ ਬੰਦ ਹੋ ਗਏ, ਫਿਰ ਮੰਦੀ ਆਈ ਪੂਰੀ ਜੀ? ਪਹਿਲਾਂ ਅਚਕਨ ਬਣਾਉਂਦਾ ਰਿਹਾ ਸ਼ੇਰਵਾਨੀਆਂ, ਉਹਦੇ 'ਚ ਉਹ ਕੰਮ ਖਤਮ ਹੋ ਗਿਆ, ਅਤੇ ਉਹ ਫਿਰ ਲੋਕ ਰੈਡੀਮੇਡ ਲੈਣ ਲੱਗ ਗਏ, ਕਿਰਾਏ 'ਤੇ ਲੈਣ ਲੱਗ ਗਏ, ਉਹ ਖਤਮ ਹੋ ਗਿਆ। ਫਿਰ ਡਰੈਸਾਂ ਬਣਾਉਣ ਲੱਗ ਗਿਆ, ਉਹ ਡਰੈਸਾਂ ਦੇ ਵਿੱਚ ਕੁਛ ਐਸਾ ਹੋਇਆ ਟਾਈਮ 2009 ਦੇ ਵਿੱਚ, ਅਤੇ ਡਰੈਸਾਂ ਬੰਦ ਹੋ ਗਈਆਂ, ਲੋਕ ਕੋਟ ਪੈਂਟ ਪਾ ਕੇ ਕਰਨ ਲੱਗ ਗਏ, ਪੰਜਾਬ 'ਚ ਪ੍ਰੋਗਰਾਮ ਘੱਟ ਗਏ, ਕਿਉਂਕਿ ਪ੍ਰੋਗਰਾਮ ਹੁਣ ਪੰਜਾਬ 'ਚ ਹੁੰਦੇ ਨਹੀਂ ਸੀ, ਜ਼ਿਆਦਾਤਰ ਬਾਹਰ ਕਰਦੇ ਹੁੰਦੇ ਸੀ। ਸਾਲ 'ਚ ਮਾਨ ਸਾਹਿਬ ਦੀਆਂ ਡਰੈਸਾਂ ਬਣ ਜਾਣ 2-4, ਹਰਮਨ ਦੀਆਂ ਬਣ ਜਾਣ 2-4, ਇੱਦਾਂ ਕਰਕੇ ਫਿਰ ਉਹਦੇ ਨਾਲ ਖਰਚਾ ਨਹੀਂ ਚੱਲਦਾ ਹੁੰਦਾ ਸੀ। ਫਿਰ ਮੈਂ 2-3 ਸਾਲ ਕੰਮ ਬੰਦ ਰੱਖਿਆ ਹੈ। ਹਾਲਾਤ ਮਾੜੇ ਆ ਗਏ? ਬਿਲਕੁਲ ਮਾੜੇ, ਕਰਜ਼ੇ 'ਤੇ ਚੜ੍ਹ, 4-5 ਲੱਖ ਰੁਪਇਆ ਕਰਜ਼ਾ ਚੜ੍ਹ ਗਿਆ, ਕਦੀ ਕਿਸੇ ਤੋਂ ਫੜ, ਕਦੀ ਕਿਸੇ ਤੋਂ ਫੜ, ਕਦੀ ਕਿਸੇ ਤੋਂ ਫੜ। ਫੋਟੋਆਂ ਕਰਨੀ ਦਾ ਧਿਆਨ ਨਹੀਂ ਸੀ, 3-4 ਬਣਾ ਕੇ ਵੈਸੇ ਸ਼ੌਂਕ 'ਚ ਰੱਖ ਦਿੰਦਾ ਹੁੰਦਾ ਸੀ ਬਣਾ ਕੇ, ਸ਼ੌਂਕ ਸੀ, ਕਿਉਂਕਿ ਸਕੂਲ ਟਾਈਮ ਮੈਂ ਸਕੈਚਰ ਸੀ, ਅਤੇ ਜਦ ਮੈਨੂੰ ਅੱਜ ਤੋਂ 20 ਸਾਲ ਪਹਿਲਾਂ ਖਾਬ ਆਇਆ ਤਾਂ ਮੈਂ ਫਿਰ ਉਸਨੂੰ 2-4 ਬਣਾ ਕੇ ਮੈਨੇ ਸ਼ੌਪ 'ਤੇ ਲਗਾ ਦਿੱਤੀ। ਖਾਬ ਕੀ ਆਇਆ ਵੀ, ਅਧਿਆਤਮਿਕ? ਹਾਂਜੀ, ਮੈਨੂੰ ਗੁਰੂ ਨਾਨਕ ਦੇਵ ਜੀ ਦਾ ਖਾਬ ਆਇਆ ਸੀ ਕਿ ਮੈਂ ਗੁਰੂ ਨਾਨਕ ਦੇਵ ਜੀ ਦਾ ਸਰੂਪ ਬਣਾ ਰਿਹਾ। ਦੁਪਹਿਰ ਦਾ ਟਾਈਮ ਸੀ, ਲਾਈਟ ਗਈ ਹੋਈ ਸੀ, ਅਤੇ ਮੈਂ ਸੁੱਤੇ ਸੁੱਤੇ ਦੇਖਿਆ ਕੈਲੰਡਰ ਹਿੱਲ ਰਿਹਾ, ਨੀਂਦ ਦੇ ਵਿੱਚ ਨਾ ਮੈਂ ਦੀਵਾਰ 'ਚ ਦੇਖ ਰਿਹਾ ਸੀ, ਕੈਲੰਡਰ ਹਿੱਲ ਰਿਹਾ ਸੀ ਗੁਰੂ ਨਾਨਕ ਦੇਵ ਜੀ ਦਾ, ਅਤੇ ਮੈਨੂੰ ਅੱਖ ਲੱਗ ਗਈ ਮੇਰੀ, ਨੀਂਦ ਦੇ ਵਿੱਚ ਮੈਂ ਗੁਰੂ ਨਾਨਕ ਦੇਵ ਜੀ ਦਾ ਸਰੂਪ ਬਣਾ ਰਿਹਾ ਸੀ, ਕਢਾਈ ਦੇ ਵਿੱਚ ਕੰਮ ਕਰ ਰਿਹਾ ਸੀ। ਅਤੇ ਉਸ ਤੋਂ ਬਾਅਦ ਤੁਸੀਂ ਬਣਾਇਆ? ਫਿਰ ਮੈਂ ਉੱਠਿਆ, ਮੈਂ ਕਿਹਾ ਯਾਰ ਇਹ ਕਿਵੇਂ ਹੋਇਆ, ਮੈਨੂੰ, ਮੈਂ ਤਾਂ ਸਰੂਪ ਬਣਾ ਰਿਹਾ ਸੀ, ਇਹ ਹੋ ਜਾਏਗਾ, ਫੋਟੋ ਬਣੇਗੀ, ਮੈਂ ਟਰਾਈ ਕਰਿਆ, ਮੈਂ ਫਿਰ ਟਰਾਈ ਕਰਿਆ, ਇੱਕ ਹਫ਼ਤਾ ਲੱਗਿਆ ਮੈਨੂੰ, ਮੈਂ ਗੁਰੂ ਨਾਨਕ ਦੇਵ ਜੀ ਦਾ ਪੋਸਟ ਸਰੂਪ ਬਣਾ ਤਿਆ। ਫਿਰ ਜਿਹਨੂੰ ਜਿਹਨੂੰ ਮੈਂ ਦਿਖਾ ਕੇ ਆਇਆ, ਉਰੇ ਪੁਰਾਣੇ ਕਢਾਈ ਵਾਲੇ ਆ, ਪਿੰਡੀ ਟੇਲਰ ਹੈ, ਪ੍ਰਕਾਸ਼ ਟੇਲਰ ਆ, ਹੋਰ ਵੀ ਹੈਗੇ ਆ, ਜਿਹਨਾਂ ਨੂੰ ਮੈਂ ਦਿਖਾ ਕੇ ਆਇਆ ਕਿ ਮੈਂ ਆਹ ਦੇਖੋ ਆਹ ਚੀਜ਼ ਬਣਾ ਰਿਹਾ, ਸਭ ਨੇ ਬੜੀ ਪਸੰਦ ਕਰੀ, ਕਹਿੰਦੇ ਤਾਂ ਬਹੁਤ ਸੋਹਣੀ ਚੀਜ਼ ਬਣਾ ਲਿਆ, ਬਣਾਈ ਧਾਗੇ ਨਾਲ, ਧਾਗੇ ਨਾਲ ਲੋਕਾਂ ਨੇ ਪਸੰਦ ਕਰ ਲਈ, ਤੇ ਉਸ ਤੋਂ ਬਾਅਦ ਫਿਰ ਮੈਂ ਕਿਹਾ ਚੱਲ ਕੁਛ ਮੈਂ ਬੜਾ ਕਰਾਂਗਾ, ਹੁਣ ਵੱਡੀ ਬਣਾਵਾਂਗਾ। ਮੈਨੇ ਕ੍ਰਿਸ਼ਨ ਜੀ ਦੀ ਛੇੜ ਲਈ, ਉਹ ਕ੍ਰਿਸ਼ਨ ਜੀ ਦੀ ਬਣਾਉਂਦੇ ਬਣਾਉਂਦੇ ਕ੍ਰਿਸ਼ਨ ਜੀ ਨੂੰ ਸਾਲ ਲੱਗ ਗਿਆ, ਤੇ ਜਿਹੜੀ ਕ੍ਰਿਸ਼ਨ, ਫਿਰ ਮੈਨੂੰ ਕਿਸੇ ਨੇ ਕਿਹਾ ਇਹਦੀ ਬੈਕਗ੍ਰਾਉਂਡ ਵੀ ਬਣਾ ਲਾ, ਫਿਰ ਬੈਕਗ੍ਰਾਉਂਡ ਬਣਾਉਣ ਲੱਗ ਗਿਆ, 2 ਸਾਲ ਬੈਕਗ੍ਰਾਉਂਡ ਨੂੰ ਲੱਗੇ, ਹਟਿਆ ਨਹੀਂ, ਜਿਸ ਜਿਸ ਦੇ ਪੈਸੇ ਲਏ, ਵਿਆਸ 'ਤੇ ਪੈਸੇ ਫੜੇ, ਕਰਜ਼ਾ ਲਿਆ, ਘੱਟੋ ਘੱਟ 1.5 ਲੱਖ ਤੋਂ ਉੱਪਰ ਖਰਚਾ ਹੋਇਆ ਪਿਆ ਇਹਦੇ ਉੱਪਰ, ਬਹੁਤ ਟਾਈਮ ਕਿੰਨਾ ਲੱਗਿਆ, 3 ਸਾਲ, ਬਸ ਲੱਗਿਆ ਰਿਹਾ, ਪਾਗਲ ਹੋ ਗਿਆ ਸੀ ਕਿ ਹੁਣ ਕੁਛ ਬਣਾਉਣਾ ਅਤੇ ਕੁਛ ਹਟ ਕੇ ਕਰਨਾ,